ਤੁਹ ਜਲੇ ਮੈਂ ਸੀਡੀ ਸਾਹਿਬ ਨਾਲ ਗੱਲ ਕੀਤੀ ਸਵਾਰਿਆ ਤੇ ਆਖਦੇਗੇ ਉਹ ਨਹੀਂ ਹੋਣਾ ਸਰ ਕੰਮ ਥੋੜਾ ਮੈਂ ਕਿਹਾ ਸਰ ਕਿਉਂ ਨਹੀਂ ਹੋਣਾ ਇਹ ਕੰਮ ਭਗਵਾਨ ਰਾਮ ਜੀ ਦਾ ਕੰਮ ਹੈ ਕਿਉਂ ਨਹੀਂ ਹੋਣਾ ਸਰ ਆਖਿਆ ਤੇ ਨਹੀਂ ਹੋਣਾ ਫਿਰ ਮੈਂ ਡੀਸੀ ਮੈਡਮ ਅਨੁਰਾਧਾ ਗੁਪਤਾ ਜੀ ਅੱਗੇ ਫਰਿਆਦ ਕੀਤੀ ਸੀ ਤੇ ਮੈਡਮ ਜੀ ਨੇ ਉਹਦੇ ਪਰ ਕਿਉਂਕਾ ਐਕਸ਼ਨ ਲੇਤਾ ਤੇ ਸਰ ਮੇਰਾ ਜਿਹੜਾ ਕੰਮ ਹੈ ਉਹ 2 ਦਿਨ ਦੇ ਵਿੱਚ ਕੇ ਸ਼ੁਰੂ ਹੋਈ ਆ ਅੱਛਾ ਆਖਣਾ ਹਵਾਵੇ ਆ ਕਿ ਜਿਹੜੀਆਂ ਪਾਵਰਾਂ ਸਾੜੀਆਂ ਜਿਹੜਾ ਕੰਮ ਹੈ ਸਰਪੰਚ ਨੇ ਕਰਨਾ ਆ ਉਹ ਸਾਨੂੰ डीसी ਦਾ ਅਪਰੋਚ ਕਰਨੇ ਬਵਾਰੀਆ ਅੱਛਾ ਅੱਛਾ 29 ਵਿਭਾਗਤ ਹੁੰਦਾ ਹੈ ਏਟਨ ਸਰਪੰਚੇ ਦਾ ਤੇ ਪੰਜ ਆਏ ਪੰਜ ਆਏ ਸਰ ਉਹ ਵੀ ਕੋਈ ਫੋਰਥ ਕਲਾਸ ਮੁਲਾਜ਼ਮ ਜਿੰਨੇ ਕੋਲ ਅਸਕੇ ਸਰ ਮੰਗ ਕਰੀ ਚਨੇ ਆ ਕੇਂਦਰ ਦੇ ਮੰਤਰੀ ਜਿੰਨੇ ਵੀ ਹੈ ਸਰ ਇਨਾ ਅੱਛਾ ਕੰਮ ਕਰ ਰਹਿਆ ਪਰੰਤੂ ਜਿਹੜੇ ਵਿਰੋਗ ਰੇਸੀ ਐ ਇਸ ਇਸ ਸਮੇਂ ਸਾਡੀ ਸਰਕਾਰ ਨਹੀਂ ਐ ਯੂਟੀ ਸਰਕਾਰ ਐ ਸਰ ਸਮੇਂ ਯੂਟੀ ਦੇ ਵਿੱਚ ਗਵਰਨਰ ਰਾਜ ਐ ਸਰ ਪਤਾ ਨਹੀਂ ਐ ਜਿਹੜੇ ਮੁਲਾਜ਼ਮ ਐ ਇਹ ਪਤਾ ਨਹੀਂ ਕਿ ਕੁੱਤੇ ਸੋਏ ਦੇ ਸਰ ਕਠੂਏ ਵਾਲੀ ਬੱਖੀ ਜਾ ਕਰਦੇ ਏ ਸਾਂਬੇ ਕੋ ਲੱਗ ਗਿਆ ਪੁੱਜੇ ਨੌਨਾਥ ਇੱਕ ਥਾਰ ਅਸੀਂ ਅ ਦਿੱਖੀ ਕਾਫੀ ਰੌਣਕੀ ਹੁੰਦਾ ਹੈ ਪਤਾ ਲੱਗਾ ਕਿ ਅੱਜ ਇੱਥੇ ಗ್ರಾಮ ਸਭਾ ਹੋਵਾ ਕਰਦੀ ਹੈ ਤੇ ਅਧਿਕਾਰੀ ਜਿਹੜੇ ਨੇ ਇੱਥੇ ਹਵਾ ਕਰਦੇ ਨੇ ਤੇ ਅਸੀਂ ਵੀ ਉੱਥੇ ਰੁਕੀਗੇ ਤੇ ਨੌਨਾਥ ਪੰਚਾਇਤ ਦੇ ਜਿਹੜੇ ਸਰਪੰਚ ਨੇ ਮੇਰੇ ਕੰਨੇ ਖੜੋਤੇ ਦੇਣ ਨੌਜਵਾਨ ਅਰਪਣ ਪੰਗੋਤਰਾ ਔਰ ਅਰਪਣ ਪੰਗੋਤਰਾ ਔਰ ਨੌਜਵਾਨ ਜੁਵਨ ਔਰ ਬੜੀ ਸ਼ਿੱਦਤ ਕਰਨਾ ਆਪਣਾ ਕੰਮ ਜਿਹੜਾ ਹੈ ਉਹ ਪੰਚਾਇਤ ਚ ਕਰਾ ਕਰਦੇ ਨਾ ਆਪ ਗੋਤਰਾ ਸਾਹਿਬ ਸਵਾਗਤ ਹੈ ਤੁੰਦਾ ਸਿੱਧੀ ਲਕੀਰ ਚ ਬਹੁਤ ਬਹੁਤ ਧੰਨਵਾਦ ਅੱਛਾ ਅੱਜ ਤੁੰਦਾ ਇੱਥੇ ਜਿਹੜਾ ಗ್ರಾಮ ਸਭਾ ਚੱਲਾ ਕਰਦੀ ਕੀ ਕਾਰਜਕ੍ਰਮ ਹੈ ಗ್ರಾಮ ਸਭਾ ਦਾ ਸਰ ਇਹ ಗ್ರಾಮ ਸਭਾ ਇਹ ਪੂਰੇ ਜੰਮੂ ਕਸ਼ਮੀਰ ਚ ਸਰਕਾਰ ਦੀ ਤਰਫ ਆਏ ਅਜੋਜਿਤ ਹੀ ਤੇ ਅੱਜ ਮੇਰੇ ਪੰਚਾਇਤ ਦੀ ਵਾਰੀ ਹੀ ਅੱਛਾ ਇਹਦੇ ਚ ਸਰ ਜਿੰਨੇ ਵੀ ਡਿਪਾ ਅੱਛਾ ਤੁੰਦਾ ਜਿਹੜਾ ਜ਼ਿਲ੍ਹਾ ਉਹ ਸੰਭਾ ਸੰਭਾ ਜ਼ਿਲ੍ਹਾ ਸਰ ਇਹ ਬਲਾਕ ਗਵਾਲ ਬਲਾਕ ਗਵਾਲ ਸਰ ਅੱਛਾ ਇਵੇ ਵਿੱਚ ਸਰ ਕਿ ਜਿੰਨੇ ਵੀ ਡਿਪਾਰਟਮੈਂਟ ਹੈ ਜਿਹੜੇ ਪੰਚਾਇਤ ਦੇ ਅੰਡਰ ਹੈ ਉਹਨੇ ਸਾਰੇ ਆਣਾ ਹੁੰਦਾ ਹੈ ਪਰੰਤੂ ਅਫਸੋਸ ਦੀ ਗੱਲ ਇਹ ਹੈ ਕਿ ਸਿਰਫ ਗ੍ਰਾਮ ਜਿਹੜੀ ਪੰਚਾਇਤ ਹੈ ਮੋਦੀ ਸਾਹਿਬ ਇੰਨਾ ਅੱਛਾ ਬੜੀਆ ਕੰਮ ਕਰਾ ਰਹੇ ਆ ਦੇਸ਼ ਦੇ ਵਿੱਚ ਪਰੰਤੂ ਜਿਹੜੇ ਕੁਝ ਡਿਪਾਰਟਮੈਂਟ ਹੈ ਬਿਊਰੋਕ੍ਰੇਸੀ ਹੈ ਇਹ ਪੰਚਾਇਤਾਂ ਦੀ ਦਖਲਅੰਦਾਜ਼ੀ ਕਰਾਦੇ ਸਰ ਅੱਛਾ ਆਲਮੋਸਟ ਕੀ ਸਰ ਪੰਜ ਡਿਪਾਰਟਮੈਂਟ ਕੇ ਸ਼ਾਇਦ ਜਿਹੜੇ ਆਏ ਦੇ ਹੈ ਬਸ ਕੀ ਗੱਲ ਕਰਨੀ ਬਿਲਕੁਲ ਸਰ ਤੇ ਤੁੰਦਾ ਕਿੰਨੇ ਡਿਪਾਰਟਮੈਂਟ ਸਰ 29 अच्छा 29 ਵਿਭਾਗਤ ਹੁੰਦਾ ਹੈ ਏਟਨ ਸਰਪੰਚੇ ਦਾ ਤੇ ਪੰਜ ਆਏ ਪੰਜ ਆਏ ਸਰ ਉਹ ਵੀ ਕੋਈ ਫੋਰਥ ਕਲਾਸ ਮਲਾਜ਼ਮ ਜਿੰਨੇ ਕੋਲ ਅਸਕੇ ਸਰ ਮੰਗ ਕਰੀ ਚਨੇ ਕੱਟ ਕੋਲ ਕੱਠ ਵੀ ਸਰ ਜੇ ਐਸੇ ਕੋਈ ਵੀ ਡਿਮਾਂਡ ਰੱਖਣੀ ਤਾਂ ਯਹੀ ਤੇ ਚਾਹੀਦਾ ਨਾ ਸਰ ਨਹੀਂ ਜੇਹੀ ਕੋਲ ਵੀ ਕੇ ਪਾਵਰ ਸਰ ਚਲੋ ਜੇ ਏ ਡਬਲ ਯ ਆਈ ਆ ਬੜੀ ਵੱਡੀ ਗੱਲ ਸਰ ਕੋਈ ਨਹੀਂ ਆਂਦਾ ਸਰ ਬਿਲਕੁਲ ਨਹੀਂ ਆਂਦੇ ਸਰ ਤੇ ਵੀਡੀਓ ਦਾ ਬਗੈਰਾ ਕੋਈ ਆਏ ਨੇ ਸਰ ਵੀਡੀਓ ਮੈਡਮ ਤੇ ਆਹੀ ਅੱਛਾ ਉਹ ਤੇ ਸਰੋ ਆਰ ਡੀ ਡੀ ਦੇ ਅੰਡਰ ਸਾਡਾ ਬਲਾਕ ਹੈ ਤੇ ਉਹਨਾਂ ਤੇ ਆਣਾ ਹਾਂ ਪਰੰਤੂ ਹੋਰ ਸਰ ਕੋਈ ਨਹੀਂ ਬਾਕੀ ਕੋਈ ਨਹੀਂ ਕੋਈ ਨਹੀਂ ਆਇਆ ਸਰ ਤੇ ਕੀ ਐਡਵਾਂਡਾ ਰੱਖਣੀ ਆ ਸਰ ਅਸੀਂ ਕੰਢੀ ਦਾ ਇਹ ਖੇਤਰ ਹੈ ਸਰ ਪੀ ਐਚੀ ਦੀ ਕੀ ਹਾਲਤ ਹੈ ਉਹ ਸਰ ਰਸਗੇ ਲੋਕ ਜਾਣਦੇ ਆ ਅੱਛਾ ਬਿਜਲੀ ਦੀ ਸਰ ਸਾਰੀਆਂ ਤਾਰਾਂ ਜਿਹੜੀਆਂ ਸਾਰੀਆਂ ਚੇਂਜ ਕਰਨੀਆਂ ਵਾਲੀਆਂ ਪਰ ਸਰ ਕੁਸੀ ਲਖਣੀਆਂ ਸੀ ਇੱਕ ਨਾ ਮਾਤਰ ਕੇ ਸਰ ਨੇ ਜਿਹੜੀ ਸਭਾ ਕਰਾਈ ਹੈ ਨਾ ਮਾਤਰੀ ਸੀ ਸਰ ਮੈਂ ਰਿਕਵੈਸਟ ਕਰਨਾ ਸਰ ਡੀ ਸੀ ਮੈਡਮ ਅੱਗੇ ਕਿ ਮੈਡਮ ਜਿਹੜੇ ਡਿਪਾਰਟਮੈਂਟ ਨੇ ਜਿਹੜੇ ਨਹੀਂ ਆਇਆ ਉਹਦੇ ਉਪਰ ਕਾਰਵਾਈ ਕੀਤੀ ਗਈ ਕਿ ਕਿਉਂ ਨਹੀਂ ਆਏ ਕਿਉਂਕਿ ਆਸੇ ਜਲੇ ਵੋਟ ਲੈਣੇ ਆ ਸਰੇ ਲੋਕੇ ਨੇ ਘਰ ਘਰ ਜਾਈ ਅਸ ਬੋਟ ਮੰਗਣਿਆ ਕਿ ਅਸ ਤੋੜੇ ਇਗੜਾ ਕੰਮ ਕਰਕੇ ਬਿਲੀ ਦਾ ਕਰਕੇ ਪਾਣੀ ਦਾ ਕਰਕੇ ਸਰ ਨਹੀਂ ਸਰਕਾਰ ਤੇ ਆਖਦੀ ਹੈ ਭਾਈ ਜਿਹੜੀ ಗ್ರಾಮ ਸਭਾ ਉਹਦੇ ਚ ਅਫਸਰ ਜਾ ਕਰਦੇ ਨਾ ਬੈਕ ਟੂ ਵਿਲੇਜ ਦਾ ਚੌਥਾ ਗੇਟ ਜਿਹੜਾ ਉਹ ਵੀ ਸਰਕਾਰ ਬਣਾ ਕਰਦੀ ਆ ਔਰ ਖੀਰੀ ਜਿਹੜੀਆਂ ਤਿਆਰੀਆਂ ਉਹ ਉਸੇ ਦਿੱਤੀ ਜਾ ਕਰਦੀਆਂ ਨਾ ਤੇ ਫਿਰ ਬੈਕ ਟੂ ਵਿਲੇਜ ਦਾ ਵੀ ਕੋਈ ਫਾਇਦਾ ਨਹੀਂ ਹੋਇਆ ਤੁਸੀਂ ਸਰ ਨਹੀਂ ਹੋਇਆ ਸਰ ਕੋਈ ਫਾਇਦਾ ਨਹੀਂ ਹੋਇਆ ਸਰ ਇਹ ਸਿਰਫ ਇੱਕ ਕਾਗਜ਼ ਦੇ ਟੁਕੜੇ ਚ ਘੇਰ ਸਰ ਰਹੀ ਹੈ ਜਾਨੀ ਕਿ ਆਕੀਂ ਚ ਧੂੜ ਪਾਣੀ ਵਾਲੀ ਗੱਲ ਹੈ ਬਿਲਕੁਲ ਸਰ ਬਿਲਕੁਲ ਇਹ ਸਿਰਫ ਬੀਰੋਕਰੇਸੀ ਹੈ ਅੱਛਾ ਕਿਉਂਕਿ ਸਾਡੀ ਇਹ ਕੇਂਦਰੀ ਸਰਕਾਰ ਹੈ ਸਰ ਇੰਨੇ ਵਧੀਆ ਕੰਮ ਕਰਾਈ ਰਹੀ ਹੈ ਸਾਡੇ ਕੇਂਦਰ ਦੇ ਮੰਤਰੀ ਜਿੰਨੇ ਵੀ ਹੈ ਸਰ ਇੰਨਾ ਅੱਛਾ ਕੰਮ ਕਰਾ ਰਿਹਾ ਪਰੰਤੂ ਜਿਹੜੇ ਬੀਰੋਕਰੇਸੀ ਹੈ ਇਸ ਇਸ ਸਮੇਂ ਸਾਡੀ ਸਰਕਾਰ ਨਹੀਂ ਹੈ ਯੂਟੀ ਸਰਕਾਰ ਹੈ ਸਰ ਸਮੇਂ ਯੂਟੀ ਦੇ ਵਿੱਚ ਗਵਰਨਰ ਰਾਜ ਹੈ ਸਰ ਪਤਾ ਨਹੀਂ ਹੈ ਜਿਹੜੇ ਮੁਲਾਜ਼ਮ ਹੈ ਇਹ ਪਤਾ ਨਹੀਂ ਕਿ ਇਹ ਕੁੱਤੇ ਸੋਏ ਦੇ ਸਰ ਅੱਛਾ ਨਹੀਂ ਸਰਕਾਰ ਆਖਦੀ ਹੈ ਭਈ ਆਸੇ ਜਿਹੜੀਆਂ ਪਾਵਰਾਂ ਜਿਹੜੀਆਂ ਨੇ ਉਹ ਖਲਕੇ ਸਤਾਰ ਤੱਕ ਦੇਈ ਦਿੱਤੀਆਂ ਸਰਪੰਚ ਜਿਹੜੇ ਨੇ ਉਹ ਆਪਣਾ ਪਲਾਨ ਬਣਾੰਗਣ ਦਸਗਣ ਪਈ ਕਿਹੜੀ ਕਿਹੜੀ ਸਕੀਮੇ ਚ ਕੰਮ ਹੋਣਾ ਤੇ ਉਨੇ ਸਕੀਮੇ ਪਰਗਾ ਕੰਮ ਹੋਗ ਤੋ ਕਹਾ ਜਿਹੜੀਆਂ ਤੁਸੀਂ ਸਕੀਮਾ ਬਣਾਈ ਹੈ ਦਿੰਦੇ ਹੋ ਜਿਹੜੇ ਪਲਾਨ ਬਣਦੇ ਨੇ ਉੱਥੇ ਵੀ ਤੁੰਦਾ ਕੋਈ ਚਲਦੀ ਜਾਂ ਉਪਰਾਂ ਕਾ ਪਲਾਨ ਆਈ ਜਾਂਦੇ ਤੁਸੀਂ ਕੀ ਸਰ ਇਸ ਉਸੇ ਪਲਾਨ ਦੀ ਗੱਲ ਕੀਤੀ ਨਾ ਇਹ ਇਹ ਜਿਹੜਾ ਵੀ ਕੋਈ ਪਲਾਨ ਹੁੰਦਾ ਹੈ ਸਰ ਇਹ ਪੰਚਾਇਤ ਦੀ ਥਲਵਾ ਨਿਖੇਤਰ ਪਰ ਜਾਣਾ ਚਾਹੀਦਾ ਜੀ ਸਾਡੇ ਪ੍ਰਧਾਨ ਮੰਤਰੀ ਜੀ ਆਖਿਆ ਨਾ ਕਿ ਥਲਵਾ ਜਿਹੜੇ ਪਲਾਨ ਹੈ ਥਲਵਾਣੇ ਜਾਦੇ ਬਲਕਿ ਇਹ ਵਿਰੋਗਰੇਸੀ ਜਿਹੜੇ ਐਸਰ ਹੁਣ ਥੋੜਾ ਸਾਨੂੰ ਨਵੇਂ ਇੱਕ ਟਾਰਗੇਟ ਦੇ ਉੱਤੇ ਬਲਾਕ ਕਰ ਲੈਂਗੇ ਕੰਪੋਸਟ ਬੀਟ ਬਣਾਉ ਤੇ ਸੋਕੇਸ ਬੀਟ ਸਰ ਇਹ ਐਮਜੀ ਨਰੇਗਾ ਸਕੀਮ ਦੇ ਤਹਿਤ ਇਹ ਬਣਾ ਰਿਹਾ ਅੱਛਾ ਐਮਜੀ ਨਰੇਗਾ ਸਕੀਮ ਹੈ ਉਹਦੇ ਚ 60 40 ਰੇਸ਼ੋ ਮੈਂਟੇਨ ਕਰਨੀ ਹੁੰਦੀ ਹੈ ਅਸੇ ਲੈਨੇ ਕੋਈ ਆਖਨੇ ਕੀ ਐਸੇ ਗਲੀ ਬਣਾਉਣਾ ਚਾਹੁੰਦੇ ਆ ਪੱਕੀ ਦੇ ਸਾਨੂੰ ਅਸੇ ਨਹੀਂ ਇਹ ਰੇਸ਼ੋ ਮੈਂਟੇਨ ਨਹੀਂ ਹੁੰਨੀ ਆ ਪਰ ਤੁਹਿੰਦੀ ਪਤਾ ਨਹੀਂ ਕਿਹੜੀ ਰੇਸ਼ਿਓ ਹੈ ਜਿਹੜਾ ਇੰਦਾ ਪਲਾਨ ਆਂਦਾ ਉਹ ਟੋਟਲੀ ਪੱਕਾ ਸਰ 100% ਜਿਹੜਾ ਪੱਕਾ ਕਰਾ ਦਿਆ ਉਹਦੇ ਚ ਕੋਈ ਰੇਸ਼ਿਓ ਨਹੀਂ ਸਰ ਅੱਜ ਮੈਂ ਇਹ ਗ੍ਰਾਂਸਵਾਹੇ ਸਵਾਲ ਕੀਤਾ ਆ ਕਿ ਕਿਆ ਜਿਹੜੇ ਹੈ ਵੈਂਡਰਾਂ ਸੇ ਕੰਮ ਦੇ ਗਏ ਇਹਦੀ ਕੋਈ ਗਾਰੰਟੀ ਹੈ ਕਿ ਪੈਸੇ ਮਿਲਣਾ ਬਾਅਦ ਤੁਸੀਂ ਆਖਣਾ ਕਿ ਇਹਦੀ ਰੇਸ਼ਿਓ ਜਿਹੜੀ 60 40 ਰਹੀ ਹੈ ਪਰ ਡਿਪਾਰਟਮੈਂਟ ਕੋਲ ਸਰ ਇਹਦਾ ਕੋਈ ਜਵਾਬ ਨਹੀਂ ਆ ਸਰ ਅੱਛਾ ਤੇ ਦੱਸੋ ਇਹ ਕਿ ਕਿਹਾਂ ਕੰਮ ਕਰਾਣਾ ਸੈਂ ਮੈਂ ਆਖਿਆ ਕਿ ਜੇ ਤੁਸੀਂ ਇਹ ਕੰਮ ਕਰਾ ਦਿਓ ਸਾਨੂੰ ਵੀ ਥੋੜੀਆਂ ਗਲੀਆਂ ਦੇਓ ਪੱਕੀਆਂ ਸੇ ਐਮਜੀ ਨਰੇਗਾ ਚ ਉਹ ਵੀ ਪੱਕੀਆਂ ਗਲੀਆਂ ਬਣਾ ਚਾ। ਅੱਛਾ। ਪਰੰਤੂ ਸਰ ਕੋਈ ਹੁੰਦਾ ਹੈ ਤਰਫਾ ਸਾਨੂੰ ਕੋਈ ਜਵਾਬ ਨਹੀਂ ਮਿਲਿਆ ਜੀ ਤੱਕ। ਹਾਂ। ਤੇ ਬਾਕੀ ਜਿਹੜੀ ਅਸੀਂ ਮੰਗ ਰੱਖੀ ਹੈ। ਉਹ ਅਜੇ ਤੱਕ ਸਾਡੀ ਕੋਈ ਪੂਰੀ ਨਹੀਂ ਕੀਤੀ ਜਾਂਨੇ। ਅੱਛਾ। ਹਾਂ ਮੈਂ ਇੱਕ ਡੀਸੀ ਇੱਕ ਸਰ ਮੈਂ ਗੱਲ ਕਰ ਨਵਰਾਤਰੀ ਚਲਾ ਕੇ ਰਹਿ ਦੇਆ। ਤੇ ਰਾਮਲੀਲਾ ਚ ਮੈਂ ਮਾਤਾ ਸੀਤਾ ਮਾਤਾ ਦਾ ਪਾਠ ਵੀ ਰੋਲਾਦਾ ਕਰਨਾ। ਅੱਛਾ ਕਲਾਕਾਰੀ ਵੀ ਕਰਦੇ ਹੋ ਤੁਸੀਂ? ਜੀ ਸਰ। ਇੱਕ ਮਾਂ ਕੇ ਮੰਦਿਰ ਰਾਮਲੀਲਾ ਕਲੱਬ ਅਗੇ ਭਗਵਾਨ ਰਾਮ ਜੀ ਦੇ ਅਗੇ ਇੱਕ ਫਰਿਆਦ ਹੀ ਕਿ ਭਗਵਾਨ ਜੀ ਮੀ ਵੀ ਕੋਈ ਤੁਸ ਕੋਈ ਸਰਪੰਚ ਬਣਾ ਗਏ ਤਾਂ ਮੈਂ ਥੋੜਾ ਕੰਮ ਕਰਾਂ ਪਿਛਲੇ ਸਾਲ ਆਇਆ ਇੱਕ ਸਰਕਲ ਅੱਬ ਵਿੱਚ 1 ਲੱਖ ਰੁਪਏ ਕਨੇਸੇ ਸਟੇਜ ਦਾ ਕੰਮ ਕੀਤਾ ਹਾ ਤੇ ਸਾਰੀ ਉੱਥੇ ਜਿਹੜੀ ਲੈਂਡ ਲੈਵਲਿੰਗ ਹੀ ਸਰ ਅੱਛੀ ਨਹੀਂ ਹੋ ਮੈਂ ਸਰ ਉੱਥੇ 1 ਲੱਖ ਰੁਪਿਆ ਰੱਖਿਆ ਪਰੰਤੂ ਜਿਹੜੇ ਮੈਂ ਸੀਡੀ ਸਾਹਿਬ ਨਾਲ ਗੱਲ ਕੀਤੀ ਸਵਾਰਿਆ ਤੇ ਆਹਦੇਗੇ ਉਹ ਨਹੀਂ ਹੋਣਾ ਸਰ ਕੰਮ ਥੋੜਾ ਮੈਂ ਕਿਹਾ ਸਰ ਕਿਉਂ ਨਹੀਂ ਹੋਣਾ ਇਹ ਕੰਮ ਭਗਵਾਨ ਰਾਮ ਜੀ ਦਾ ਕੰਮ ਹੈ ਕਿਉਂ ਨਹੀਂ ਹੋਣਾ ਸਰ ਆਖਿਆ ਤੇ ਨਹੀਂ ਹੋਣਾ ਫਿਰ ਮੈਂ ਡੀਸੀ ਮੈਡਮ ਅਨੁਰਾਦਾ ਗੁਪਤਾ ਜੀ ਅਗੇ ਫਰਿਆਦ ਕੀਤੀ ਸੀ ਤੇ ਮੈਡਮ ਜੀ ਨੇ ਉੰਦੇ ਪਰ ਕਯੂਕ ਐਕਸ਼ਨ ਲੇਤਾ ਤੇ ਸਰ ਮੇਰਾ ਜਿਹੜਾ ਕੰਮ ਹੈ ਦੋ ਦਿਨ ਦੇ ਵਿੱਚ ਗੇ ਸ਼ੁਰੂ ਹੋਈ ਆ ਅੱਛਾ ਆਖਣਾ ਭਾਵੇ ਆ ਕਿ ਜਿਹੜੀਆਂ ਪਾਵਰਾਂ ਸਾੜੀਆਂ ਜਿਹੜਾ ਕੰਮ ਹੈ ਸਰਪੰਚ ਨੇ ਕਰਨਾ ਆ ਉਹ ਸਾਨੂੰ ਡੀਸੀ ਦਾ ਅਪਰੋਚ ਕਰਨੇ ਬਵਾਦੀ ਆ ਅੱਛਾ ਇਹਦੇ ਇਹਦੇ ਕਰਨ ਸਰ ਮੈਂ ਇੱਕ ਹੋਰ ਗੱਲ ਤੁਹਾਡੇ ਕਰਨ ਚਾਹੰਕੀ ਸਾਂਭਾ ਰਿਸ਼ਤੇ ਵਿੱਚ ਚੀਫ ਸੈਕਟਰੀ ਸਾਹਿਬ ਆ ਰਹੇ ਹੈ ਜਿਹਦੇ ਚੋਂ ਇੱਕ ਡੈਲੀਗੇਸ਼ਨ ਡੀਡੀਸੀ ਦਾ ਤੇ ਬੀਡੀਸੀ ਦਾ ਅੱਛਾ ਗਰਾਉਂਡ ਲੈਵਲ ਉਪਰ ਜਿਹੜਾ ਵੀ ਸਰ ਕੰਮ ਹੈ ਉਹ ਸਰਪੰਚ ਕੀ ਪਤਾ ਕਿ ਸਾਡੀਆਂ ਕਿਹ ਪ੍ਰੋਬਲਮ ਆ ਪਰੰਤੂ ਸਾਨੂੰ ਉਥੇ ਬੁਲਾਇਆ ਨਹੀਂ ਗਿਆ ਸਰ ਅੱਛਾ ਜਿਹੜੇ ਤੂੰ ਦੇ ਪਲਾਨ ਨਹੀਂ ਕੋਣ ਬਣਾਉਂਦਾ ਸਰ ਇਹ ਪਲਾਨ ਸਾਡੇ ਜਿਲੇ ਬਣਾਉਂਦੇ ਇਹ ਤੇ ਤੁਸੇ ਬਣਾਣੀ ਚਾਹੀਦੀ ਗ੍ਰਾਮ ਸਭਾ ਸਦਣੀ ਉਹਦੇ ਚ ਲੋਕਾਂ ਹੀ ਪੁੱਛਣਾ ਪਈ ਕਿ ਇਹ ਕੰਮ ਤੁਸੀਂ ਕਰਨਾ ਪ੍ਰਾਥਮਿਕਤਾ ਕਿਸ ਕੰਮੇ ਦੀ ਹੈ ਫਿਰ ਤੂੰ ਦੇ ਕਰਨਾ ਪੈਂਚੋ ਨੇ ਤੇ ਉਹ ਜਿਹੜਾ ਪਲਾਨ ਤੁਸੀਂ ਬਲਾਕ ਚ ਦੇ ਗਿਓ ਉਹ ਉਸੇ ਗਾ ਅਪਰੂਵ ਕਰਨਾ ਉਹਨੇ ਉਸੇ ਗੇ ਮਨਜ਼ੂਰੀ ਦੇਣੀ ਕਿ ਆ ਤੂੰ ਦੇ ਜਿਹੜੇ ਪਲਾਨ ਬੰਦ ਨੇ ਉਨੇ ਦੀ ਮਨਜ਼ੂਰੀ ਤਾਂ ਹੁੰਦੀ ਹੈ ਜਾਂ ਪਲਾਨ ਉ ਆਈ ਜਾਂਦੇ ਉਪਰ ਹੋਰ ਕੁਝ ਸਰ ਉਹ ਸਾਨੂੰ ਕਪੈਕਸ ਬਜਟ ਮਿਲਿਆ ਉਹ ਵਾਸਤੇ ਲੋਕਿਆਂ ਦੇ ਵਿੱਚ ਪੈਂਚੇ ਬਣਾਇਆ ਉਹ ਤਾਂ ਚਲੋ ਸਾਡੇ ਕੋਲ ਆ ਆ ਕਿਉਂਕਿ ಗ್ರಾಮ ਸਭਾ ਚ ਅਪਰੂਵ ਹੋਇਆ ਪਰੰਤੂ ਕੁਝ ਸਰ ਐਸੇ ਪੈਸੇ ਆ ਜਾਂਦੇ ਜਿਹੜੇ ਸੀੜੀ ਪੰਚਾਇਤ ਦੇ ਆ ਉਹ ਇਹ ਲੋਕਾਂ ਦੇਖਦੇ ਨਹੀਂ ਆ ਸਰ ਕਿ ਐਸੇ ਕੁੱਤੇ ਤੇ ਪ੍ਰੈਫਰ ਕਰਨਾ ਕੁੱਤੇ ਨਹੀਂ ਦੇਣਾ ਉਹ ਮੈਂ ਤੁਹਾਡੇ ਨਾਲ ਬਿਰੋਕ੍ਰੈਟਿਕ ਗੱਲ ਕਰ ਰਹਾ ਤੇ ਸਰ ਆਪਣੀ ਮਰਜ਼ੀ ਕਰਨੇ ਕਰਦੇ ਆ ਜਿਹੜਾ ਕਪੈਕਸ ਬਜਟ ਹੈ ਜਿਹੜਾ ਉਹ ਸਾਡੀ ਮਰਜ਼ੀ ਨਾਲ ਲੱਗਣਾ ਲੱਗਣਾ ਹੁੰਦਾ ਪਰੰਤੂ ਜਿਹੜਾ ਇੰਟੈਗਰ ਪਲਾਨ ਆਉਂਦਾ ਸਰ ਪਤਾ ਨਹੀਂ ਕੀ ਕਰਦੇ ਸਾਨੂੰ ਸੁਣਾਉਂਦੇ ਬਣੀਓ ਅੱਛਾ ਉਹਦਾ ਜਿਹੜਾ ਲਾਭ ਹੈ ਉਹਦਾ ਜਿਹੜਾ ਫਾਇਦਾ ਹੈ ਉਹ ਮਕਾਮੀ ਬਸਨੀਕੇਂ ਕੀ ਹੁੰਦਾ ਜਾਂ ਨਹੀਂ ਉੱਥੇ ਸਰ ਇੰਦਾ ਸਰ ਉਹਦਾ ਪਤਾ ਨਹੀਂ ਲੱਗਦਾ ਕਿ ਕਿਹੜੇ ਸਾਹ ਕੋ ਨਹੀਂ ਕਰਦੇ ਫਿਰ ਉਹ ਪੈਸਾ ਜਿਹੜਾ ਹੈ ਉਹ ਜਾਂਦਾ ਕਿਥੇ ਲੱਗਦਾ ਤੇ ਆ ਸਰ ਪਰ ਸਹੀ ਜੁਟੀਲਾਈਜ਼ ਨਹੀਂ ਹੁੰਦਾ ਸਰ ਇੱਕ ਗਰਾਊਂਡ ਲੈਵਲ ਪਰ ਜਾਈਏ ਪੁੱਛਣੇ ਜ਼ਿਆਦਾ ਨਹੀਂ ਕਿ ਸਾਨੂੰ ਕਿਹੜੀ ਪ੍ਰਾਥਮਿਕਤਾ ਸੇ ਕਿਹੜੇ ਕੰਮ ਕੀ ਦੇਣੀਆਂ ਪਰ ਉਸ ਪੈਸੇ ਦਾ ਸਰ ਮਿਸਯੂਜ਼ ਕਰ ਦਿਆ ਹੈ ਅੱਛਾ ਤਾਂ ਜਿਹੜੇ ਮਿਸਯੂਜ਼ ਕਰਦੇ ਨੇ ਤੋਂ ਦੇ ਕੋਲ ਐਂਟੀ ਕ腐ਸ਼ਨ ਬਿਊਰੋ ਬਣੇ ਦਾ ਸਰਕਾਰ ਨੇ ਬਣਾਇਦਾ ਕੀ ਕਿ ਐਂਟੀ ਕ腐ਸ਼ਨ ਬਿਊਰੋ ਵੀ ਲਗਾਤਾਰ ਜਿਹੜੇ ਨਾ ਉਹ ਕੰਮ ਜਿਹੜੇ ਗਲਤ ਕੰਮ ਹੋਆ ਕਰਦੇ ਨੇ ਜਾਂ ਕੋਈ ਗੁਣਵੱਤਾ ਕਰਨਾ ਹੈ ਜਾਂ ਉਹਦੀ ਕੁਆਲਿਟੀ ਕਰਨਾ ਹੈ ਕੋਈ ਸਮਝੌਤਾ ਕੀਤਾ ਜਾ ਕਰਦਾ ਹੈ ਜਾਂ ਕੋਈ ਕਪਲਾ ਕੀਤਾ ਜਾ ਕਰਦਾ ਹੈ ਉਹ ਤੇ ਫਟ ਸੰਗਿਆਣ ਚ ਲਈਏ ਤੇ ਕਾਰਵਾਈ ਸ਼ੁਰੂ ਕਰ ਦਿੱਤੇ ਤੇ ਤੁਸੀਂ ਕੋਈ ਸ਼ਿਕਾਇਤ ਕੀਤੀ ਸਰ ਅਜੇ ਤੱਕ ਕੋਈ ਸ਼ਿਕਾਇਤ ਨਹੀਂ ਕੀਤੀ ਹੈ ਮੈਂ ਕਿ 2 ਸਾਲ ਸਰ ਹੋਣਿਆ ਲਿਆ ਸਰਪੰਚ ਬਣਿਆ ਮੈਂ ਵਾਈਲੈਕਸ਼ਨ ਚ ਬਣਿਆ ਹਾਂ ਮੈਂ 2 ਸਾਲ ਸਰ ਇੰਦੇ ਕੇ ਚਾਲੇ ਪਰ ਚਲਿਆ ਅੱਛਾ ਪਰ ਓਨ ਸਰ ਪੰਚਾਇਤ ਜੋ ਵੀ ਕੰਮ ਹੋਏਗੇ ਉਹ ਸਾਢੇ 8 ਕਿਨੇ ਬਰੋਏਗੇ ਜੋ ਪਬਲਿਕ ਦੇ ਤ ਵੈਸੇ ਹੋ ਗੇ ਸਰ ਉਹ ਕਾ ਮੋਗ ਬਰਨਾ ਮੇਰੀ ਪੰਚਾਇਤ ਸਰ ਮੈਂ ਕੰਮ ਨਹੀਂ ਇਹਨੇ ਕਰਨ ਦੇਣਾ ਗਲਤ ਬਹੁਤ ਹੋਈ ਹੈ ਸਰ ਯਾਨੀ ਕਿ 2 ਸਾਲ ਤੁਸੀਂ ਕੀ ਉਹ ਆਪਣੀ ਮਰਜ਼ੀ ਕਰਨੇ ਚਲਾਉਂਦੇ ਰਹੇ ਆਪਣੀ ਮਰਜ਼ੀ ਕਰਨੇ ਚਲਾਉਂਦੇ ਰਹੇ ਸਰ ਕੰਮ ਤੇ ਆਸੇ ਕਾਫੀ ਕਰਾਇਆ 2 ਸਾਲ ਜੋ ਬਹੁਤ ਕੰਮ ਕਰਾਇਆ ਪਰ ਸਰ ਲੜਾਈ ਝਗੜੇ ਕਰਨੇ ਜੀ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਮਿਸਾਲ ਦਿੱਤੀ ਕਿ ਮੈਂ ਥੋੜੀ ਜੀ ਸਰ ਲੈਂਡ ਲੈਵਲਿੰਗ ਕਰਨੀ ਸੀ ਉਹ ਇਜਾਜ਼ਤ ਨਹੀਂ ਥੋਈ ਉਹ ਜਿਹੜੀ ਇਜਾਜ਼ਤ ਸਾਨੂੰ ਬਲਾਕ ਚ ਆਇਆ ਉਹ ਸਾਨੂੰ ਡੀਸੀ ਮੈਡਮ ਕੋਲ ਲੈਣੇ ਪਈ ਹੈ ਅੱਛਾ ਤੋ ਕਿਆ ਤੋ ਸਮਝ ਦੇਣੀ ਹੈ ਕਿ ਇਹ ਵੀ ਇੱਕੀਆਂ ਤਮਾਸ਼ਾ ਜਨ ਬਣੀ ਇਹਦਾ ਇਹ ਜਿਹੜੀ ਗ੍ਰਾਮ ਸਭਾ ਕਰਨੀ ਜਿਹਦੇ ਚ ਅਧਿਕਾਰੀ ਜੀ ਤੁਸੀਂ ਦੱਸਿਆ ਪਈ ਅਫਸਰ ਆਉਣਾ ਤੇ ਫੋਰਥ ਕਲਾਸ ਆਉਂਦੇ ਤੇ ਇਆਂ ਕੇ ਸਰਕਾਰ ਇੱਕ ਹੋਰ ਨਾਮਾ ਬਣਾ ਕਰਦੀ ਹੈ ਕਿ ਜਿਹੜਾ ਬੈਕ ਟੂ ਵਿਲੇਜ ਦਾ ਚੌਥਾ ਗੇੜ ਹੈ ਉਹ ਵੀ ਅਸਲ ਸ਼ੁਰੂ ਕਰਾ ਕਰਨਿਆ ਉਹਦੀ ਇੱਕ ਕਮੇਟੀ ਦਾ ਗਠਨ ਵੀ ਹੋਈ ਇਹਦਾ ਜੇ ਪਿਛਲੇ ਜਿਹੜੇ ਤਰੇ ਇਹਨੇ ਬੈਕ ਟੂ ਵਿਲੇਜ ਬਣਾਏਣ ਜੇ ਉਹਦਾ ਜ਼ਮੀਨੀ ਸੱਦਾ ਪਰ ਕੱਕਣੀ ਹੋਇਆ ਤੇ ਫਿਰ ਚੌਥੇ ਦਾ ਬਣਾਣੇ ਦਾ ਤੇ ਮੀ ਲੱਗਦਾ ਕਿ ਕੋਈ ਲੋੜ ਨਹੀਂ ਹੈ ਸਰ ਮੇਰੀ ਇਹ ਮੰਗ ਹੈ ਸਰ ਕਿ ਇਹ ব্যাক ਟੂ ਵਿਲੇਜ 410 ਵੈਲਕਮ ਕਰਨ ਆ ਪਰ ਅਸ ਜੋ ਡਿਮਾਰਟ ਰਖ ਗਿਆ ਸਰ ਉਹ ਡਿਮਾਂਡਾਂ ਪੂਰੀਆਂ ਵੀ ਹੋਣੀਆਂ ਚਾਹੀਆਂ ਪੂਰੇ ਦਾ ਕੰਮ ਸਰ ਹੁੰਦਾ ਕੋਈ ਨਹੀਂ ਆ ਚਲ ਆਲਮੋਸਟ ਯਾਦਾ ਨਹੀਂ ਸਰ 50% ਕੇ ਕੰਮ ਹੋਈ ਆ ਸਾੜੇ ਤੇ ਅਸੀਂ ਸਰ ਅਸ ਉਮੀਦ ਆ ਕਿ ਸਾਨੂੰ ਜਿਹੜਾ ব্যাক ਟੂ ਵਿਲੇਜ 4 ਹੈ ਤੇ ਗਵਰਨਮੈਂਟ ਥੋੜੇ ਜਿੱਚੇ ਧਿਆਨ ਦੇ ਤੇ ਖਾਸ ਕਰਕੇ ਉਥੇ ਆਫੀਸਰ ਜਿਹੜੇ ਆਏ ਥੋੜੇ ਹਾਈ ਲੈਵਲ ਦੇ ਆਏ ਅੱਛਾ ਯਾਨੀ ਕਿ ਕਲਾਸ 4 ਤੋਂ ਉੱਪਰ ਉੱਪਰ ਆਉਂ ਜੀ ਸਰ ਬਿਲਕੁਲ ਅੱਛਾ ਤੁਸੀਂ ਦੱਸੋ ਕਿ ਕਿੰਨੀ ਆਬਾਦੀ ਹੈ ਤੁੰਦੀ ਪੰਚਾਇਤ ਦੀ ਸਰ ਮੇਰੀ ਪੰਚਾਇਤ ਵਿੱਚ ਜਿਹੜੀ ਆਬਾਦੀ ਹੈ ਸਰ 5000 ਦੇ ਕਰੀਬ ਹੈ। ਅੱਛਾ। ਤੇ ਕਿੰਨਾ ਖੇਤਰਫਲ ਹੈ ਤੁੰਦੀ ਪੰਚਾਇਤ ਦਾ? ਸਰ 14 ਕਿਲੋਮੀਟਰ ਚਾ ਸਰ। ਅੱਛਾ। ਕੁਗਵਾਲ 14 ਕਿਲੋ ਚ ਕਿਲੋਮੀਟਰ ਚ। ਕੁਗਵਾਲ ਬਲਾਕ ਦੇ ਵਿੱਚ ਜੇ ਡਿਸਟੈਂਸ ਦੇਖਿਆ ਜਾਏ ਤਾਂ ਸੰਗਲ ਵੱਡੀ ਮੇਰੀ ਦੀ ਪੰਚਾਇਤਾ ਸਰ। ਨੋ ਨਾ। ਜੀ ਸਰ। ਅੱਛਾ। ਵੋਟਾਂ 'ਚ ਸਰ ਸਾਡੀ 2 ਨੰਬਰ 'ਤੇ ਆ ਪਰ ਏਰੀਆ ਹਿਸਾਬ ਨਾਲ ਫਸਟ ਨੰਬਰ ਆ ਸਰ। ਪਹਿਲੇ ਨੰਬਰ 'ਤੇ। ਤੇ ਜੀਆਂ ਤੁਸੇ ਦੱਸਿਆ ਭਈ ਜਿਹੜੇ ਹਾਲਾਤ ਬਣਾ ਕਰਦੇ ਨੇ ਜਿਹੜੇ ਜਿਹੜੇ ਅਧਿਕਾਰੀਆਂ ਦੀ ਜਿਸ ਜਿਹੜੀ ਜਿਹੜੇ ਉਹਦੇ ਕੰਮ ਕਾਜੇ ਦੀ ਇਹ ਕਰਨੇ ਦਾ ਜਿਹੜਾ ਉਹਦਾ ਤਰੀਕਾਕਾਰ ਹੈ ਉਸ ਦੇ ਕਾਰਨ ਤੁਸੀਂ ਹੀ ਪਰੇਸ਼ਾਨੀਆਂ ਉਹ ਕਰਦੀਆਂ ਨੇ ਤੇ ਫਿਰ 14 ਕਿਲੋਮੀਟਰ ਪੰਚਾਇਤ ਵਿਕਾਸ ਕੰਮ ਕੀਆ ਹੋਗਾ ਸਰ ਵਿਕਾਸ ਕੰਮ ਇਹ ਹੈ ਕਿ ਸਾਡੇ ਪਰੇਸ਼ੀਰਵਾਦ ਹੈ ਮਹੰਤ ਰਾਜੇਸ਼ ਵਿਟੂ ਜੀ ਦਾ ਬਹੁਤ ਬੜਾ ਸਾਡੇ ਪਰੇਸ਼ੀਰਵਾਦ ਹੈ ਮੈਕਸਿਮ ਸਾਡੇ ਜਿਹੜੇ ਕੰਮ ਹੈ ਉਹਦੇ ਥਰੂ ਕੇ ਹੁੰਦੇ ਆ ਸਰ ਅੱਛਾ ਜਿੱਥੇ ਕੋਈ ਕਠਿਨਾਈ ਆਂਦੀ ਹੈ ਮੇਰੇ ਉਹ ਪੋਲਿਟੀਕਲ ਗੁਰੂ ਵੀ ਆ ਕਾ অলਮੋਸਟ 90% ਮੇਰੇ ਜਿਹੜੇ ਕੰਮ ਸਰ ਹੁੰਦੇ ਸਰ ਹੁੰਦੇ ਆ। ਅੱਛਾ ਜਿਹੜੀ ਮੇਰੇ ਕੰਮ ਦੇ ਕੋਈ ਅੜਚਣ ਆਖਦੇ ਇਹ ਇਹ ਸਭ ਕਰਾਂਦੇ ਆ। ਤੇ ਜਿੰਦੇ ਪਿੱਛੇ ਕਿਸਾ ਦਾ ਸ਼ੀਰਵਾਦ ਨਹੀਂ ਆਇਆ ਤੇ ਫਿਰ ਉਹਨੇ ਪੰਚਾਇਤੇ ਦਾ ਕੀ ਸਰ ਹੁੰਦੇ ਪਿੱਛੇ ਆ ਕਿ ਉਹ ਬਹੁਤ ਮੁਸ਼ਕਿਲ ਹੁੰਦੇ ਅੱਛਾ ਐਸੀ ਸਥਿਤੀ ਸਭ ਨੇ ਪੰਚਾਇਤਾਂ ਹੀ ਦੇਖਣੇ ਆਵਾ ਕਰਦੀਆਂ ਤੁੰਨੇ ਤੁਸੀਂ ਕੀ ਖਾਸ ਸਰ ਸਾਰੇ ਅੱਛਾ ਮੈਕਸਮ ਸਾਰੀ ਪੰਚਾਇਤਾਂ ਸਾਂਬੜ ਹਿਸਤੀ ਕੋਈ ਕਠੂਆ ਹੈ ਜੰਮੂ ਸਾਰੇ ਵਿੱਚ ਇਹ ਸਰ ਪ੍ਰੋਬਲਮ ਹੈ। ਯਾਨੀ ਕਿ ਰਵਾ ਪੀਟਾ ਦੇ ਨੇ ਸਰਪੰਚ ਬਿਲਕੁਲ ਸਰ ਬਿਲਕੁਲ ਅੱਛਾ ਸਾਰੇ ਰਵਾ ਦੇ ਸਰ ਤੇ ਬਿਜਲੀ ਪਾਣੀ ਜੀ ਤੁਸੀਂ ਦੱਸਿਆ ਬਿਜਲੀ ਦੀ ਵੀ ਜਿਹੜੀਆਂ ਤਾਰਾਂ ਨੂੰ ਦੀ ਹਾਲਤ ਬੜੀ ਖਸਤਾ ਹੈ ਤੇ ਕਰਾਇਆ ਛਰਾਏ ਵਾਲੇ ਬਿੱਲ ਆਉਦੇ ਜਾਂ ਉਹ ਵੀ ਨਹੀਂ ਆਉਦੇ ਬਿੱਲ ਸਰ ਪਹਿਲੇ ਕੋਲ ਵੀ ਇਹਨੇ ਬੜਾ ਜੁੜਿਆ ਅੱਛਾ ਮੈਂ ਤਾਂ ਗਰ ਮੈਂ ਬੀਜੇਪੀ ਦਾ ਡਿਸਟ੍ਰਿਕਟ ਸੈਕਟਰੀ ਵੀ ਆ ਅੱਛਾ ਤੇ ਡਾਕਟਰ ਜਤਿੰਦਰ ਜੀ ਸਾਡੇ ਕੇਂਦਰ ਜਿਹੜੇ ਮੰਤਰੀ ਆ ਸਾਡੇ ਮੈਂਬਰ ਆਫ ਪਾਰਲੀਮੈਂਟ ਵੀ ਆ ਅੱਛਾ ਉਹਨੇ ਕੰਮ ਜਿਹੜੇ ਕਰਾਇਆ ਸਾਡੇ ਕਰਾਇਆ ਸਰ ਉਹਨੇ ਸਾਨੂੰ ਪੰਚਾਇਤਾਂ ਨੂੰ ਵੀ ਪੈਸੇ ਦਿੱਤੇ ਆ ਸਰ ਬਾਕੀ ਵਾਟਰ ਦੀ ਬੈਟ ਤੁਸੀਂ ਦੇਖੋ ਕਿਸੇ ਵੀ ਖੇਤਰ ਚ ਸਰ ਉਹਨੇ ਕੰਮ ਬਹੁਤ ਅੱਛਾ ਕਰਾਇਆ ਸਾਨੂੰ ਸਰਕਾਰ ਦੇ ਉੱਪਰ ਕੋਈ ਗਿਲਾ ਸ਼ਿਕਵਾ ਨਹੀਂ ਹੈ ਸਿਰਫ ਬੀਰੋਕਰੇਸੀ ਪਰ ਸਰ ਬਹੁਤ ਇੰਦੇ ਕੋਈ ਗਿਲਾ ਸ਼ਿਕਵਾ ਹੈ ਬਹੁਤ ਬਹੁਤ ਸ਼ੁਕਰੀਆ ਸਰਕਾਰ ਉੱਪਰ ਕੋਈ ਗਿਲਾ ਸ਼ਿਕਵਾ ਨਹੀਂ ਹੈ ਕੇਂਦਰ ਸਰਕਾਰ ਬੜਾ ਮਤਾ ਪੈਸਾ ਗਰਾਏ ਪਿੰਡੇ ਦੀ ਤਰੱਕੀ ਵਾਦੇ ਕੀਤਾ ਤੇ ਦਿਆ ਕਰਦੀ ਹੈ ਪਰ ਜਿਹੜੇ ਨੌਕਰਸ਼ਾਹ ਜਿਹੜੇ ਅਧਿਕਾਰੀ ਨੇ ਉੰਦਾ ਜਿਹੜਾ ਰਵਈਆ ਹੈ ਉਹ ਕੋਈ ਅੱਛਾ ਰਵਈਆ ਨਹੀਂ ਹੈ ਇਹ ਸਰਪੰਚ ਸਾਹਿਬ ਸੁਨਾ ਕਰਦੇ ਨੇ ਜਿਹੜੇ ਪੰਚਾਇਤ ਨੌਨਾਥ ਦੇ ਨੇ ਇਹਦਾ ਆਖਣਾ ਹੈ ਕਿ ਪਲਾਨ ਅਸ ਬਣਾਣੇ ਆ ਪਰ ਉਹ ਪਲਾਨ ਜਿਹੜੇ ਨਾ ਉੰਦੀ ਥਾਰ ਉਪਰਾਂ ਦਾ ਜਿਹੜੇ ਅਧਿਕਾਰੀਏ ਦੇ ਪਲਾਨ ਉਹ ਆਣੀ ਹੈ ਤੇ ਉਹਨੇ ਕੀ ਪੰਚਾਇਤੇ ਚ ਲਾਗੂ ਕੀਤਾ ਜਾ ਕਰਦਾ ਔਰ ਪੈਸਾ ਜਿਹੜਾ ਹਵਾ ਕਰਦਾ ਉਸ ਦਾ ਦੁਰਵਿਯੋਗ ਜਿਹੜਾ ਹੈ ਉਹ ਕਰਦਾ ਸਰਕਾਰ ਕੀ ਚਾਹੀਦਾ ਕਿ ਇਹਦਾ ਫੌਰਨ ਸੰਗ੍ਰਹਿਣ ਲੈਣਾ ਚਾਹੀਦਾ ਕਿ ਕਿ ਅਗਰ ਕੁੱਥੇ ਐਸੀਆਂ ਗੜਬੜੀਆਂ ਹੋਆ ਕਰਦੀਆਂ ਨਾ ਤੇ ਉਸ ਦਾ ਸੰਗਿਆਨ ਜ਼ਰੂਰ ਲੈਣਾ ਚਾਹੀਦਾ ਔਰ ਐਸੇ ਅਧਿਕਾਰੀ ਜਿਹੜੇ ਪੰਚਾਇਤ ਦੇ ਕੰਮੇ ਚ ਦਖਲ ਦਿਆ ਕਰਦੇ ਨੇ ਸਰਪੰਚੇ ਦੇ ਕੰਮੇ ਚ ਦਖਲ ਦਿਆ ਕਰਦੇ ਨੇ ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ